कोई कह ही नहीं सकते सरकार दा बेड़े गर्क ही बेड़ा गर्क करके तो धक्के खाई जाते हैं। सरकार नूं शर्म आनी चाहिए, बुढ़े मापे रोलते फिरते हैं। कोई नहीं, बस फादर साहब नूं तां सैड हो गए सीगे फुल देख के, गल हुई नहीं चंगी तरह, मतलब गल उन्हां तों करी नहीं गई। ਪ੍ਰਾਊਡ ਫੀਲ ਹੁੰਦਾ ਜੀ ਵੀ ਇੱਕ ਉਹ ਬੰਦੇ ਨਾਲ ਸ਼ਕਲ ਮਿਲਦੀ ਹੈ ਵੀ ਜਿਹਦਾ ਰੁਤਬਾ ਹੀ ਬਹੁਤ ਉੱਚਾ। ਕੋਈ ਕਹਿ ਨਹੀਂ ਸਕਦੇ ਸਰਕਾਰ ਦਾ ਬੇੜੇ ਗਰਕ ਆਈ, ਬੇੜਾ ਗਰਕ ਕਰਕੇ ਤਾਂ ਧੱਕੇ ਖਾਈ ਜਾਂਦੇ ਆ। ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ, ਬੁੱਢੇ ਮਾਪੇ ਆ ਰੁਲਦੇ ਫਿਰਦੇ। बुलेट पासे तो खुश हुंदा आ वी, बहुत प्यार करदे आ, पर एक पासे दुखी वी हुंदा वी, जिहदे करके करदे आ वी उह है नहीं दुनिया ते। पर मैनू लोग कई कहिंदे वी आ भी कोई चक्कर नहीं है ना बई तेरे नाल, बहुत जने कहिंदे आ। जिथे वड्डी गिनती दे विच जिथे प्रशंसक आउंदे होए नज़र आ रहे ने, तां उत्थे ही एक नौजवान साडे नाल मौजूद है। ਇੱਥੇ ਤਾਂ ਜੋ ਪ੍ਰਸ਼ੰਸਕ ਸੀ, ਜਦੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਇੱਥੇ ਇੱਕ ਨੌਜਵਾਨ ਹੈ ਜੋ ਕਿ ਹੂ ਬਹੂ ਸਿੱਧੂ ਮੂਸੇ ਵਰਗਾ ਦਿਖਦਾ ਹੈ। ਤਾਂ ਫਿਲਹਾਲ ਅੱਜ ਸਾਡੇ ਨਾਲ ਉਹ ਮੌਜੂਦ ਨੇ ਤਾਂ ਗੱਲਬਾਤ ਕਰਦੇ ਹਾਂ। ਅੱਜ ਸਿੱਧੂ ਮੂਸੇ ਵਾਲੇ ਦੀ ਬਰਸੀ 'ਤੇ ਇੱਥੇ ਪਹੁੰਚੇ ਹੋ, ਪ੍ਰਸ਼ੰਸਕ ਇਹਨਾਂ ਨੂੰ ਦੇਖ ਕੇ ਭੁਲੇਖਾ ਪੈਂਦਾ ਕਿ ਸ਼ਾਇਦ ਸਿੱਧੂ ਮੂਸੇ ਵਾਲਾ ਹੀ ਸਾਡੇ ਵਿਚਕਾਰ ਘੁੰਮ ਰਿਹਾ, ਕੀ ਕਹਿਣਾ ਚਾਹੋਗੇ? ਕਹਿਣਾ ਵਾ ਕੁਛ ਨਹੀਂ, ਮਨ ਨੂੰ ਇੱਕ ਤਾਂ ਇੱਕ ਪਾਸਿਓਂ ਤਾਂ ਹੁੰਦੀ ਹੈ ਵੀ ਖੁਸ਼ੀ ਵੀ ਬਹੁਤ ਹੈ ਨਾ, ਲੋਕ ਪਿਆਰ ਕਰਦੇ ਆ, ਕਿਉਂਕਿ ਇੰਸਟਾਗ੍ਰਾਮ 'ਤੇ ਵੀ ਅਕਾਊਂਟ ਮੇਰੇ ਨਾਂ 'ਤੇ ਹੀ ਆ, ਉੱਥੇ ਵੀ ਬਹੁਤ ਲੋਕ ਪਿਆਰ ਕਰਦੇ ਆ, ਬਹੁਤ ਸਾਥ ਦਿੰਦੇ ਆ, ਅਤੇ ਇਸ ਕਰਕੇ ਆਪਾਂ ਵੀ ਰੈਗੂਲਰ ਉੱਦਾਂ ਹੀ ਚੱਲੀਦਾ ਬਾਈ ਦੇ ਸਟਾਈਲ 'ਚ। ਅਤੇ ਮਾਤਾ ਚਰਨ ਕੌਰ ਦੇ ਨਾਲ ਤੁਹਾਡੀ ਮੁਲਾਕਾਤ ਹੋਈ? ਹਾਲੇ ਨਹੀਂ ਹੋਈ ਜੀ, ਅੱਜ ਨਹੀਂ ਹੋਈ ਹੈਗੀ, ਪਹਿਲਾਂ ਫਾਦਰ ਸਾਹਿਬ ਨਾਲ ਹੋਈ ਆ। ਕੋਈ ਨਹੀਂ, ਬਸ ਫਾਦਰ ਸਾਹਿਬ ਨੂੰ ਤਾਂ ਸੈਡ ਹੋ ਗਏ ਸੀਗੇ ਫੁੱਲ ਦੇਖ ਕੇ, ਗੱਲ ਹੋਈ ਨਹੀਂ ਚੰਗੀ ਤਰ੍ਹਾਂ ਵੀ, ਮਤਲਬ ਕਿ ਗੱਲ ਉਹਨਾਂ ਤੋਂ ਕਰੀ ਨਹੀਂ ਗਈ, ਇੰਨੇ ਕੁ ਜ਼ਿਆਦਾ ਭਾਵੁਕ ਹੋ ਗਏ ਸੀਗੇ। ਕਿਹੋ ਜਿਹਾ ਮਹਿਸੂਸ ਹੁੰਦਾ ਤੁਹਾਨੂੰ ਉਦੋਂ ਕਿ ਜਦੋਂ ਪ੍ਰਸ਼ੰਸਕ ਕਹਿੰਦੇ ਨੇ ਕਿ ਇਹ ਨੌਜਵਾਨ ਜਿਹੜਾ ਸਿੱਧੂ ਵਰਗਾ ਦਿਖਦਾ ਹੈ ਅਤੇ ਸਾਨੂੰ ਸਿੱਧੂ ਦਾ ਭੁਲੇਖਾ ਪੈਂਦਾ ਹੈ, ਸ਼ਾਇਦ ਸਾਨੂੰ ਇੰਜ ਲੱਗਦਾ ਕਿ ਸਿੱਧੂ ਜਿਹੜਾ ਸਾਡੇ ਵਿੱਚ ਹੀ ਮੌਜੂਦ? ਪ੍ਰਾਊਡ ਫੀਲ ਹੁੰਦਾ ਜੀ ਵੀ ਇੱਕ ਉਹ ਬੰਦੇ ਨਾਲ ਸ਼ਕਲ ਮਿਲਦੀ ਹੈ ਵੀ ਜਿਹਦਾ ਰੁਤਬਾ ਹੀ ਬਹੁਤ ਉੱਚਾ, ਜਿਹਨੂੰ ਆਲ ਵਰਲਡ ਜਾਣਦਾ ਸੀ। ਕਦੀ ਇੱਦਾਂ ਮਹਿਸੂਸ ਕੀਤਾ ਸੀ ਤੁਸੀਂ, ਜਾਂ ਕਦੀ ਇੱਦਾਂ ਕਲਪਨਾ ਵੀ ਸ਼ਾਇਦ ਕਿਸੇ ਨੇ ਨਾ ਕੀਤੀ ਹੋਵੇ ਕਿ ਸਿੱਧੂ ਮੂਸੇ ਵਾਲੇ ਨੂੰ ਜੋ ਕਿ ਗਾਣਿਆਂ ਦੇ ਰਾਹੀਂ ਛਾ ਗਿਆ, ਪੂਰੀ ਦੁਨੀਆ ਦੇ ਉੱਤੇ ਛਾ ਗਿਆ, ਅਤੇ ਅੱਜ ਉਸਨੂੰ ਇਸ ਤਰੀਕੇ ਨਾਲ ਯਾਦ ਕੀਤਾ ਜਾਵੇ? ਨਹੀਂ, ਇਹ ਤਾਂ ਕਦੇ ਵੀ ਮਨ 'ਚ ਨਹੀਂ ਆਇਆ ਸੀਗਾ ਵੀ ਇੱਦਾਂ ਵੀ ਹੋ ਸਕਦਾ ਜੀ, ਪਰ ਸਵਾਦ ਤਾਂ ਫੇਰ ਸੀ ਨਾ ਬਾਈ ਦੇ ਕਹਿਣ ਨੂੰ, ਜੇ ਦੱਸ ਕੇ ਆਉਂਦੇ ਜੇ ਮਾਂ ਦੇ ਪੁੱਤ ਸੀਗੇ ਤਾਂ ਇੱਕ ਵੀ ਸੁੱਕਾ ਮੁੜਨਾ ਨਹੀਂ ਸੀਗਾ, ਯਾਨੀ ਕਿ ਮੂੰਹ ਤੋੜਵਾ ਜਵਾਬ ਜਿਹੜਾ ਦਿੱਤਾ ਜਾਣਾ ਸੀ ਜੀ। ਕੀ ਲੱਗਦਾ ਸਰਕਾਰ ਕਦ ਤੱਕ ਇਨਸਾਫ ਦੇਗੀ, ਕਿਉਂਕਿ ਮਾਂ ਪਿਓ ਦੇ ਵੱਲੋਂ ਇਨਸਾਫ ਦੀ ਉਡੀਕ ਕੀਤੀ? ਕੋਈ ਕਹਿ ਨਹੀਂ ਸਕਦੇ, ਸਰਕਾਰ ਦਾ ਬੇੜੇ ਗਰਕ ਆਈ, ਬੇੜਾ ਗਰਕ ਕਰਕੇ ਤਾਂ ਧੱਕੇ ਖਾਈ ਜਾਂਦੇ ਆ। ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ, ਬੁੱਢੇ ਮਾਪੇ ਆ ਰੁਲਦੇ ਫਿਰਦੇ ਆ। ਅਤੇ ਮੈਂ ਚਾਹੂੰਗੀ ਕਿ ਜ਼ਰਾ ਆਪਣੀ ਇਸ ਬਾਈਕ ਦੇ ਬਾਰੇ ਵੀ ਜ਼ਰੂਰ ਦੱਸ ਦਿੱਤਾ ਜਾਵੇ, ਤਾਂ ਇਹ ਜਿਹੜੀ ਬਾਈਕ ਹੈ ਤੁਸੀਂ ਦੇਖ ਸਕਦੇ ਹੋ। ਪ੍ਰਸ਼ੰਸਕਾਂ ਨੂੰ ਮੈਂ ਕਹੂੰਗੀ ਕਿ ਜ਼ਰਾ ਇਹਨਾਂ ਇਸ ਬਾਈਕ ਨੂੰ ਜ਼ਰਾ ਗੌਰ ਦੇ ਨਾਲ ਦੇਖ ਦਿੱਤਾ ਜਾਵੇ, ਜਿੱਥੇ ਲਿਖਿਆ ਗਿਆ ਜਮਦੂਤ ਦਾ ਝੋਟਾ ਅਤੇ ਸਿੱਧੂ ਮੂਸੇ ਵਾਲੀ ਫੋਟੋ ਵੀ ਇੱਥੇ ਲਗਾਈ ਗਈ ਹੈ, ਜ਼ਰਾ ਇਸ ਬਾਰੇ ਵੀ ਦੱਸ ਦਿੱਤਾ ਜਾਵੇ। ਇਹ ਬਸ ਜੀ ਆਪ ਹੀ ਤਿਆਰ ਕਰੀ ਸੀਗੀ, ਬਾਈ ਦਾ ਵੀ ਬੁਲਟ ਨਾਲ ਬੜਾ ਪਿਆਰ ਸੀ, ਬੁਲਟ ਲਿਆ ਵਾ, ਬੁਲਟ ਨੂੰ ਸੋਚਿਆ ਵੀ ਕੁਝ ਵੱਖਰੇ ਤਰੀਕੇ ਨਾਲ ਤਿਆਰ ਕੀਤਾ ਜਾਵੇ, ਯਾਨੀ ਕਿ ਬੁਲਟ ਸੀਗਾ ਇਹਨੂੰ ਵੱਖਰੇ ਤਰੀਕੇ ਨਾਲ ਤਿਆਰ ਕੀਤਾ ਜੀ। ਬਸ ਇਹ ਆਪ ਹੀ ਫਰੈਂਡ ਆ ਮੁੰਡਾ ਜਗਦੀਪ ਗਿੱਲ ਜੀ, ਮੁੱਗੇ ਵਰਕਸ਼ਾਪ ਬਹੁਤ ਤਿਆਰ ਕਰਦਾ ਜੀ, ਉਹਨੇ ਕਰਕੇ ਦਿੱਤਾ ਜੀ। ਕਿੰਨੀ ਕੁ ਮਿਹਨਤ ਲੱਗੀ ਇਸ ਨੂੰ ਤਿਆਰ ਕਰਨ? ਮਿਹਨਤ ਤਾਂ ਇਹਦੇ 'ਤੇ ਬਹੁਤ ਲੱਗੀ ਹੈ, 6 ਮਹੀਨੇ ਲੱਗ ਗਏ ਸੀਗੇ ਤਿਆਰ ਹੁੰਦੇ ਜੀ, ਪਰ ਇਹਦੇ ਖਰਚਾ ਸਾਰਾ ਟੋਟਲੀ A to Z ਸਾਰਾ ਖਰਚਾ 3 ਲੱਖ ਰੁਪਇਆ ਆਇਆ ਜੀ। ਯਾਨੀ ਕਿ ਸਿੱਧੂ ਨੂੰ ਜ਼ਿੰਦਾ ਰੱਖਣ ਦੇ ਲਈ, ਸਿੱਧੂ ਨੂੰ ਦਿਲ 'ਚ ਯਾਦ ਕਰਨ ਦੇ ਲਈ ਇਹ 3 ਲੱਖ ਜਿਹੜਾ ਸਿੱਧੂ ਦੇ ਨਾਮ ਕਰਦਾ।
नाम करता जी। जो तुम एंट्री की होगी तो जरूर प्रशंसक भी देख के हैरान हो जाए। बहुत जने ने फोटो कराइया हूँ, जे मैं चाहता तो मैं हूँ जी 3 लाख रुपये ला चुका थे, जे मैं चाहता तो किसी ने मैं कह ही सकता बई फोटो कराने के पैसे लगन गए, पर नहीं इस धूली प्यार है जी। आप करना दुनिया से कुछ नहीं रह जाना, आ कोठियां महल मनारे बई उम्मी छड़ गया ना, एक एग्जाम्पल ही आ लोगों भी कुछ भी नहीं रह जाना, हंकार ना करो मान ना करो। पर सरकारों को शर्म चाहिए जी जिन्होंने इन्नी घटिया हरकत की आ, कहने का भाव भी इंसाफ दवाना चाहिए, बुढ़े मापे रोल रहे भाई। इन्हें कहना चाहवागे जी प्रशंसकों की अपील करना चाहते, इन्हों अपील यही करदा जी आन जदों अपना टाइम चो टाइम कढ के आन, बाई नू याद रही दुनिया तक, वैसे तो दुनिया ने याद रखना ही आ। वैसे भी बाई नू कहने का भाव भी आप लगीए भी इंसाफ दवाइए घरदे नाल लग के इंसाफ दवाया जाए ता कि जो अपन इंसाफ मिल सके जी, बस इन्नी गल की। जे तुसी भी चाहुंदे हो आस्ट्रेलिया च न्यूजीलैंड दे विच ब्याह ता इको इक राह NRI मैरिज ब्यूरो। NRI मैरिज ब्यूरो, फाइंड योर परफेक्ट ह्यूमन।